ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਇਆ ਪੰਜਵੀਂ ਜਮਾਤ ਦਾ ਪਹਿਲੀ ਭਾਸ਼ਾ ਦਾ ਪੰਜਾਬੀ ਦਾ ਪੇਪਰ ਜੋ ਕਿ ਕੱਲ ਨੂੰ ਹੋਣ ਵਾਲਾ ਹੈ ਯਾਨੀ ਕਿ 3 ਮਾਰਚ ਦੇ ਦਿਨ ਤਾਂ ਇਹ ਪੇਪਰ ਹੋਣ ਵਾਲਾ ਹੈ ਜੋ ਕਿ ਹੁਣ ਹੁਣੇ ਆਇਆ ਹੈ ਬੋਰਡ ਵੱਲੋਂ 50 ਬੋਰਡ ਵੱਲੋਂ ਹੁਣ ਹੁਣੇ ਆਇਆ ਹੈ ਤਾਂ ਕਰਕੇ ਇਸ ਨੂੰ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਅਤੇ ਆਪਣੀ ਤਿਆਰੀ ਸਿਰਫ ਇੱਕੋ ਵੀਡੀਓ ਨਾਲ ਹੀ ਇਸ ਪੇਪਰ ਰਾਹੀਂ ਹੀ ਤਿਆਰੀ ਕਰ ਲਵੋਗੇ ਅਤੇ ਤੁਹਾਨੂੰ ਕਾਪੀ ਖੋਲਣ ਦੀ ਕੋਈ ਲੋੜ ਨਹੀਂ ਹੈ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਤਾਂ ਹੀ ਤੁਹਾਡੇ ਜਿਹੜੇ ਕਿ ਜਿੰਨੇ ਦਾ 80/100 ਨੰਬਰ ਆ ਸਕਦੇ ਹਨ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਹਾਂਜੀ ਜਿਵੇਂ ਕਿ ਪਹਿਲਾ ਪ੍ਰਸ਼ਨ ਆ ਜਾਂਦਾ ਹੈ ਜਿਵੇਂ ਕਿ ਤਿੰਨ ਹੋ ਆ ਜਾਣਗੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨ ਨੰਬਰ 1 ਤੋਂ ਪ੍ਰਸ਼ਨ ਨੰਬਰ 5 ਤੱਕ ਦੇ ਤਰ੍ਹਾਂ ਦੇ ਵਿਕਲਪਾਂ ਵਿੱਚੋਂ ਚੁਣੋ ਹਾਂਜੀ ਮਿੱਤਰੋ ਤਿਤਲੀਆਂ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਕੀ ਲੈ ਕੇ ਜਾਂਦੀਆਂ ਹਨ ਇਹਦਾ ਆਨਸਰ ਹੈ ਜੋ ਫੁੱਲਾਂ ਦਾ ਧੂੜਾ ਹਾਂਜੀ ਇਹਦੇ ਵਿੱਚ ਦਿੱਤਾ ਹੋਣਾ ਤੁਹਾਡਾ ਜਿਵੇਂ ਕਿ ਇੱਥੇ ਲਿਖਿਆ ਗਿਆ ਹੈ ਤਿਤਲੀਆਂ ਇਹ ਫੁੱਲ ਤੇ ਦਾਤੂ ਉਡਾਈ ਇੱਕ ਫੁੱਲ ਤੇ ਦੂਜੇ ਫੁੱਲ ਤੇ ਕ ਲੈ ਕੇ ਜਾਂਦੀਆਂ ਹਨ ਇਸ ਤਰ੍ਹਾਂ ਪੈਰੇ ਦੇ ਵਿੱਚ ਪੜ ਕੇ ਇਹਨੂੰ ਇਹਦੇ ਆਨਸਰ ਦੇਣੇ ਹਨ ਤੁਹਾਨੂੰ ਬਿਲਕੁਲ ਸੌਖੇ ਕੁਐਸਚਨ ਹਨ ਇਹ ਇਹ ਪੈਰਾ ਕਿਸ ਪਾਠ ਵਿੱਚੋਂ ਲਿਆ ਗਿਆ ਹੈ ਹਾਂਜੀ ਇਹਦਾ ਆਨਸਰ ਆ ਜੀ ਸਤਰੰਗੀ ਤਿਤਲੀ ਅਤੇ ਅੱਗੇ ਇੱਥੇ ਦਿੱਤੇ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਨਾਮ ਹੈ ਇਹਦਾ ਆਨਸਰ ਆ ਜੀ ਤਿਤਲੀ ਅੱਗੇ ਇੱਥੇ ਲਿਖੇ ਵਾਕਾਂ ਵਿੱਚੋਂ ਪਿਛਲੇ ਟੁਕਮੇ ਸ਼ਬਦਾਂ ਦਾ ਵਚਨ ਬਦਲ ਕੇ ਸਹੀ ਵਿਕਲਪ ਕਿਹੜਾ ਹੋਵੇਗਾ ਤਾਂ ਸ਼ਬਦ ਦਾ ਦੋਸਤ ਹਨ ਇਹਦਾ ਆਨਸਰ ਆ ਜੀਓ ਮਿੱਤਰੋ ਅਸੀਂ ਤਾਂ ਸ਼ਬਦ ਦੇ ਦੋਸਤਾਂ ਇਹਦਾ ਇਹ ਅਨਸਰ ਆ ਜੂਗਾ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਹੇਠਾਂ ਲਿਖੇ ਵਿੱਚੋਂ ਕਿਹੜਾ ਕਥਨ ਸਹੀ ਹੈ ਇਹਦਾ ਅਨਸਰ ਆ ਜੂਗਾ ਡੱਬਾ ਖਰਗੋਸ਼ ਇਹਦੇ ਤੁਸੀਂ ਦੇਖ ਸਕਦੇ ਹੋ ਡੱਬਾ ਖਰਗੋਸ਼ ਮਾਨ ਨਾਲ ਬੈਠਾ ਸੀ ਡੱਬਾ ਖਰਗੋਸ਼ ਸੰਸਾਰ ਹੋਇਆ ਬੈਠਾ ਸੀ ਅਤੇ ਡੱਬਾ ਖਰਗੋਸ਼ ਨਿਮੋਜੁਨਾ ਹੋਇਆ ਬੈਠਾ ਸੀ ਡੱਬਾ ਖਰਗੋਸ਼ ਉਦਾਸ ਹੋਇਆ ਬੈਠਾ ਸੀ ਇਹਦਾ ਕੀ ਅਨਸਰ ਆ ਜੂਗਾ ਜਿਵੇਂ ਕਿ ਇਹ ਦਿੱਤਾ ਗਿਆ ਡੱਬਾ ਖਰਗੋਸ਼ ਸੰਸਾਰ ਹੋਇਆ ਬੈਠਾ ਸੀ ਇਹਦਾ ਅਨਸਰ ਆ ਜੂਗਾ ਬੀ ਆਪਸ਼ਨ ਯਾਨੀ ਕਿ ਡੱਬਾ ਖਰਗੋਸ਼ ਸੰਸਾਰ ਹੋਇਆ ਬੈਠਾ ਸੀ हां जी मित्रों वीडियो ਦੇ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਚੈਨਲ ਤੇ ਤੁਹਾਡੇ ਲਈ ਸਭ ਤੋਂ ਪਹਿਲਾਂ ਪੇਪਰ ਲੈ ਕੇ ਆਂਦੇ ਰਹਨੇ ਆ ਤਾਂ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਹਾਂਜੀ ਮਿੱਤਰੋ ਤੇ ਘੰਟੀ ਨਹੀਂ ਬੀਉਣ ਰੱਖਿਓ ਤਾਂਕਿ ਜਿਹੜੇ ਵੀ ਅਪਡੇਟ ਪਾਈਏ ਅਸੀਂ ਜਾਂ ਫਿਰ ਕੋਈ ਵੀ ਪੇਪਰ ਪਾਈਏ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਹਾਂਜੀ ਇਸ ਤਰ੍ਹਾਂ ਇਹ ਪੇਪਰ ਹੋਣ ਵਾਲਾ ਹੈ ਤਾਂ ਦਿੱਤੇ ਤਸਵੀਰ ਨੂੰ ਵੇਖ ਕੇ ਦਿੱਤੇ ਗਏ ਪ੍ਰਸ਼ਨ ਨੰਬਰ 6 ਤੋਂ ਉਸ ਪ੍ਰਸ਼ਨ ਨੰਬਰ 10 ਤੱਕ ਦੇ ਉੱਤਰ ਵਿਕਲਪਾਂ ਵਿੱਚ ਚੁਣੋ ਹਾਂਜੀ ਪਾਠ ਪੁਸਤਕ ਦੀ ਹੈ ਕਿ ਇਸ ਤਸਵੀਰ ਵਿੱਚ ਬੱਚੇ ਕੀ ਕਰ ਰਹੇ ਹਨ ਇਹਦਾ ਅਨਸਰ ਆਜੋ ਸਵੇਰ ਦੀ ਸਵਾ ਕਰ ਰਹੇ ਹਨ ਅਗੇ ਤਿਰੰਗੇ ਵਿੱਚ ਸਤਤੋਂ ਪਰ ਰੰਗ ਕਿਹੜਾ ਹੁੰਦਾ ਹੈ ਹਾਂਜੀ ਮਿੱਤਰੋ ਇਹਦਾ ਅਨਸਰ ਆਜੋ ਤੁਹਾਡਾ ਉੱਤਰ ਆਜੋ ਤੁਹਾਡਾ ਕੇਸਰੀ ਰੰਗ ਹਾਂਜੀ ਇਹਦਾ ਅਨਸਰ ਆਜੋ ਏ ਆਪਸ਼ਨ ਕੇਸਰੀ ਰੰਗ ਅਤੇ ਪ੍ਰਸ਼ਨ ਨੰਬਰ 8 ਤਿਰੰਗੇ ਦੇ ਵਿੱਚਕਾਰ ਸਫੇਦ ਪੱਟੀ ਵਿੱਚ ਬਣੀ ਤਸਵੀਰ ਨੂੰ ਕੀ ਕਹਿੰਦੇ ਹਨ ਇਹਦਾ ਅਨਸਰ ਆਜੋ अशोक ਚੱਕਰ ਜਿਵੇਂ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਹੈ ਇਸ ਤਰ੍ਹਾਂ ਸਾਡਾ ਰਾਸ਼ਟਰੀ ਪੰਛੀ ਕਿਹੜਾ ਹੈ ਇਹਦਾ ਅਨਸਰ ਆਜੋ ਮੋਰ ਹਾਂਜੀ ਸਾਡਾ ਰਾਸ਼ਟਰੀ ਪੰਛੀ ਮੋਰ ਹੈ ਇਹ ਏਟਾ ਲਿਖੀ 17 ਪੂਰੀ ਕਰੋ ਇਸ ਦੀ ਮਿੱਟੀ ਵਿੱਚ ਉਗਦੇ ਨੇ ਮੋਤੀ ਮੋਤੀਆਂ ਵਰਗੇ ਦਾਣੇ ਇਹ ਮਿੱਟੀ ਤਾਂ ਮਾਂ ਹੁੰਦੀ ਹੈ ਇਹਦਾ ਆਨਸਰ ਆ ਜੋ ਤੁਹਾਡਾ ਆਪਣੀ ਪਾਸਟ ਪੁਸਤਕ ਜਿਹੜੀ ਤੁਹਾਡੀ ਬੁੱਕ ਹੈ ਪੰਜਾਬੀ ਦੀ ਉਸ ਵਿੱਚ ਦਿੱਤਾ ਗਿਆ ਹੈ ਕਵਿਤਾ ਉਸ ਨੂੰ ਪੜ੍ਹ ਕੇ ਤੁਸੀਂ ਇਹਦਾ ਆਨਸਰ ਦੇਣਾ ਹੋਵੇਗਾ ਹਾਂਜੀ ਏਟਾਂ ਦਿੱਤੇ ਪ੍ਰਸ਼ਨ ਨੰਬਰ 11 ਤੋਂ ਪੁੱਛੇ ਪ੍ਰਸ਼ਨ ਨੰਬਰ 20 ਤੱਕ ਨੂੰ ਪੜ੍ਹ ਕੇ ਸਹੀ ਉੱਤਰ ਲਈ ਵਿਕਲਪ ਚੁਣੋ ਹਾਂਜੀ ਇਸ ਤਰ੍ਹਾਂ ਇੱਕ ਕਵੈਸਨ ਹੋਣ ਵਾਲਾ ਹੈ 11ਵਾਂ ਕਵੈਸਨ ਹੈ ਇੱਥੇ ਲਿਖੇ ਵਿੱਚੋਂ ਨਿੱਕੀ ਸ਼ਬਦ ਦਾ ਬਹੁਵਚਨ ਕੀ ਹੋਵੇਗਾ ਨਿੱਕੀ ਦਾ ਆਜੂ ਤੁਹਾਡਾ ਨਿੱਕੀਆਂ ਹਾਂਜੀ ਇੱਥੇ ਲਿਖਿਆਂ ਵਿੱਚੋਂ ਦਾਦਾ ਜੀ ਸ਼ਬਦ ਦਾ ਲਿੰਗ ਬਦਲ ਕੇ ਕਿਹੜਾ ਸ਼ਬਦ ਸਹੀ ਹੋਵੇਗਾ ਇਹਦਾ ਆਨਸਰ ਆਜੋ ਦਾਦੀ ਜੀ ਮਨਮੋਹਣੀ ਸ਼ਬਦ ਦਾ ਸਮਾਨਾਰਥਕ ਸ਼ਬਦ ਕੀ ਹੋਵੇਗਾ ਆਨਸਰ ਆਜੋ ਤੁਹਾਡਾ ਮਨ ਨੂੰ ਚੰਗੀ ਲੱਗਣ ਵਾਲੀ ਹਾਂਜੀ ਅੱਗੇ ਕਦੇ-ਕਦੇ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਆਨਸਰ ਆਜੋ ਹਮੇਸ਼ਾ ਇੱਥੇ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸੁੱਧਾ ਹੈ ਹਾਂਜੀ ਇਹਦਾ ਆਨਸਰ ਆ ਜੋ ਪਿਸਤੌਲ ਅਤੇ ਇਹ ਵੇਟ ਲਿਖੇ ਸ਼ਬਦ ਕਿਸ ਨੇ ਕਹੇ ਹਰ ਗੱਲ ਦਾ ਕਿਸੇ ਠੀਕ ਸਮੇਂ ਮੁੱਲ ਹੁੰਦਾ ਹੈ ਇਹ ਤੁਸੀਂ ਦੇਖ ਲੈਣਾ ਤੁਹਾਡੀ ਪਾਠ ਪੁਸਤਕ ਵਿੱਚ ਦਿੱਤਾ ਗਿਆ ਹੈ ਹਾਂਜੀ ਸਾਨੂੰ ਬੁੱਕ ਪ੍ਰੋਵਾਈਡ ਨਹੀਂ ਹੋਈ ਇਸ ਲਈ ਤੁਹਾਨੂੰ ਦੱਸ ਦਿੰਦੇ ਆ ਕਿ ਤੁਸੀਂ ਇਹ ਜਿਹੜੇ ਕਿ ਮੇਨ ਮੇਨ ਕੁਐਸਚਨ ਦਿੱਤੇ ਗਿਆ ਹਨ ਜਿਵੇਂ ਕਿ ਇਹ ਵਾਲਾ ਹੋ ਗਿਆ ਤੁਸੀਂ ਆਪਣੀ ਪਾਠ ਪੁਸਤਕ ਵਿੱਚ ਦੇਖ ਕੇ ਕਰ ਲੈਣਾ ਕੀ ਹੋਊਗਾ ਤੁਹਾਨੂੰ ਮੇਨ ਮੇਨ ਕੁਐਸਚਨ ਕਰਾ ਦਿੰਦੇ ਆ ਹੇਠ ਲਿਖੇ ਵਿੱਚ ਪ੍ਰਣਾਸ ਸਦ ਚ ਨੂੰ ਹਾਂਜੀ ਇਹਦਾ ਆਨਸਰ ਆ ਜੋ ਮੁੰਡਾ ਮੁੰਡਾ ਧੀ ਤੇਰੀ ਚਾ ਹਾਂਜੀ ਪੜਨਾਮ ਕੀ ਹੋਵੇਗਾ ਤੇਰੀ ਹਾਂਜੀ ਇਸ ਤਰ੍ਹਾਂ ਇੱਕ ਹੁਣ ਬਣਾ ਤੇ ਹੇਠਾਂ ਲਿਖੇ ਵਿੱਚੋਂ ਕਿਹੜਾ ਸ਼ਬਦ ਖਾਸ ਨਾਮ ਹੈ ਖਾਸ ਨਾਮ ਕੀ ਹੋਊਗਾ ਤੁਹਾਡਾ ਪੰਜਾਬੀ ਦਾ ਆਨਸਰ ਆਜੂਗਾ ਮੁੰਡੇ ਸਕੂਲ ਪੰਜਾਬ ਇਹ ਸਾਰਿਆਂ ਦਾ ਆਨਸਰ ਆਜੂਗਾ ਡੀ ਆਪਸ਼ਨ ਯਾਨੀ ਕਿ ਇਹ ਸਾਰੇ ਹਾਂਜੀ ਹੇਠ ਲਿਖੇ ਵਾਕਾਂ ਵਿੱਚੋਂ ਖਾਲੀ ਥਾਂ ਵਿੱਚ ਕਿਹੜਾ ਸ਼ਬਦ ਵਿਸਰਾਮ ਚਿੰਨ ਆਵੇਗਾ ਤੂੰ ਖਲੋ ਕਿਉਂ ਗਿਆ ਏ ਤੇ ਤਿਤਲੀ ਦੇ ਡੱਬੇ ਖਰਗੋਸ ਨੂੰ ਆਖਿਆ ਹਾਂਜੀ ਇਹਦਾ ਆਨਸਰ ਆਜੂਗਾ ਬੀ ਆਪਸ਼ਨ ਕੁਐਸਚਨ ਮਾਰਕਰ ਜੋ ਪੰਚ ਤੂਤਾ ਹੁਣਾ ਸਦਾ ਸਹੀ ਅਰਥ ਚੁਣੋ ਹਾਂਜੀ ਇਹਦਾ ਆਨਸਰ ਹੈ ਛੋਪਨ ਛੋਤ ਹੁਣ ਇਹਦਾ ਕੀ ਹੋਊਗਾ ਆਨਸਰ ਤੁਸੀਂ ਆਪਣੀ ਪਾਠ ਪੁਸਤਕ ਵਿੱਚ ਦੇਖ ਲੈਣਾ ਪਹਿਲਾਂ ਇਹਨੂੰ ਪੜ੍ਹ ਕੇ ਦਿੱਤੇ ਗਏ ਪੰਜ ਪ੍ਰਸ਼ਨਾਂ ਵਿੱਚੋਂ ਕਿਸੇ ਚਾਰ ਪ੍ਰਸ਼ਨਾਂ ਦੇ ਉੱਤਰ ਦਿਓ ਅਰ ਮੀਤੇ ਨੇ ਪੁੱਛਿਆ ਮਾਜੀ ਇਹ ਪ੍ਰਕਾਰਿਕ ਨੂੰ ਕੀ ਕਹਿੰਦੇ ਹਨ ਇਸ ਤਰ੍ਹਾਂ ਦੇ ਕੁਐਸਚਨ ਹੋਣ ਵਾਲੇ ਹਨ ਏ ਦੇਖ ਲੈਣਾ ਤੁਸੀਂ ਇਹ ਇੱਕ ਕੁਐਸਚਨ ਦਿੱਤੇ ਗਿਆ ਹੈ ਨਾ ਇਹਨੂੰ ਜਿਹੜੇ ਕਿ ਇਹ ਪੈਰਾ ਦਿੱਤੇ ਗਿਆ ਇਸ ਵਿੱਚ ਪੜ੍ਹ ਕੇ ਤੁਹਾਨੂੰ ਇਹ ਅਨਸਰ ਦੇਣੇ ਹੋਣਗੇ ਇੱਕ ਵਾਰ ਤੁਸੀਂ ਸਕਰੀਨਸ਼ਾਟ ਲੈ ਲੈਣਾ ਇਸ ਕੁਐਸਚਨ ਪੇਪਰ ਦਾ ਸਾਰੀ ਵੀਡੀਓ ਦਾ ਇੱਕ ਸਕਰੀਨਸ਼ਾਟ ਲੈ ਲੈਣਾ ਹਾਂਜੀ ਮਿੱਤਰੋ ਇਹ ਕੁਐਸਚਨ ਪੇਪਰ ਹੋਣ ਵਾਲਿਆ ਹਨ ਜਾਂ ਫਿਰ ਤੁਸੀਂ ਆਪਣੀ ਕਾਪੀ ਤੇ ਵੀ ਇਸ ਨੂੰ ਨੋਟ ਕਰ ਸਕਦੇ ਹੋ ਤਾਂ ਕਿ ਤੁਹਾਡੇ ਵਧੀਆ ਨੰਬਰ ਆ ਸਕਣ ਬੋਰਡ ਦਾ ਐਗਜ਼ਾਮ ਹੈ ਇਸ ਲਈ ਤੁਹਾਡਾ ਹਾਂਜੀ ਤੁਸੀਂ ਅੱਗੇ ਦੇਖ ਸਕਦੇ ਹੋ ਇਹਠਾਂ ਲਈ ਕਿ 5% ਦੇ ਵਿੱਚੋਂ ਕੋਈ 4% ਦੇ ਉੱਤਰ ਦਿਓ ਹਾਂਜੀ ਇਹ ਜਿਵੇਂ ਕਿ ਇਹ ਦਿੱਤੇ ਗਏ ਨੇ ਛੋਟੇ ਸਬਜੈਕਟ ਦੇ ਨਾਂ ਲਿਖੋ ਕਲਪਨਾ ਚਾਵਲਾ ਦਾ ਵਿਆਹ ਕਦੋਂ ਹੋਇਆ ਸੀ ਸਰਦਾ ਪੈਨ ਜੀ ਦਾ ਆਤਨ ਕਿਸ ਨੇ ਫੜਿਆ ਹੋਇਆ ਸੀ ਸਾਰਾ ਗੜੀ ਵਿੱਚ ਕਿਸ ਨੇ ਕਿੰਨੇ ਸੈਨਿਕ ਸਨ ਸਹੀ ਤੇ ਕਰਤਾਰ ਸਿੰਘ ਸਰਾਬੇ ਨੂੰ ਕਦੋਂ ਫਾਂਸੀ ਦਿੱਤੀ ਹੋਈ ਸੀ ਹਾਂਜੀ ਮਿੱਤਰੋ ਵੀਡੀਓ ਜਿਹੜੀ ਕਿ ਇਹ ਵੀਡੀਓ ਹੈ ਤੁਸੀਂ ਸ਼ੁਰੂਤੋਂ ਆਵਾਜ਼ ਘੱਟ ਕਰਕੇ ਇਸ ਦੀ ਪ੍ਰੈਕਟਿਸ ਵੀ ਕਰ ਸਕਦੇ ਹੋ ਜਿਵੇਂ ਕਿ ਆਪਣੇ ਵੋਲਿਊਮ ਜਿਹੜੀ ਕਿ ਫੋਨ ਦੀ ਉਹ ਘਟਾ ਕੇ ਇਸ ਨੂੰ ਸ਼ੁਰੂਤੋਂ ਵੀਡੀਓ ਚਲਾ ਕੇ ਦੁਬਾਰਾ ਤੋਂ ਇਸ ਨੂੰ ਆਪਣੇ ਜਿਵੇਂ ਕਿ ਆਜ਼ਾਦ ਕਰ ਲੈਣਾ ਕੀ ਕੁਐਸਚਨ ਹੋਊਗਾ ਬਾਅਦ ਦੇ ਵਿੱਚ ਦੇਖਣਾ ਕੀ ਆਨਸਰ ਹੋਊਗਾ ਤੁਹਾਡਾ ਤੁਸੀਂ ਦੇਖਣਾ ਸਹੀ ਕਿਹਾ ਜਾਂ ਅਸੀਂ ਗਲਤ ਇਸ ਲਈ ਇਸ ਤਰ੍ਹਾਂ ਤੁਹਾਡੀ ਪੂਰੀ ਤਿਆਰੀ ਹੋ ਜਾਈ ਗਈ ਪੇਪਰ ਦੀ ਅੱਗੇ ਤੁਸੀਂ ਦੇਖ ਲੈਣਾ ਪ੍ਰਸ਼ਨ ਨੰਬਰ 23 ਇਹੇਠਾਂ ਲਿਖੇ BC ਦੀ ਸਿਰਜਣਾਤਮਕ ਮਾਈਂਡ ਮੈਪਿੰਗ ਕਰੋ ਰੇਸ਼ਮ ਦਾ ਕੀੜਾ ਕੀ ਹੋਊਗਾ ਇਹਦਾ ਆਨਸਰ ਤੁਸੀਂ ਦੇਖ ਲੈਣਾ ਆਪਣੀ ਪਾਠ ਪੁਸਤਕ ਵਿੱਚ ਹੇਠ ਲਿਖੇ ਪਸਵਦਾਂ ਦਾ ਕੀਤਿਆਂ ਨਾਲ ਮਿਲਾਨ ਕਰੋ ਜਿਲਾਹਾ ਹਾਂਜੀ ਜਿਵੇਂ ਕਿ ਅਧਿਆਪਕ ਡਾਕਟਰ ਮੋਚੀ ਹਾਂਜੀ ਇਸ ਤਰ੍ਹਾਂ ਇਹ ਆਨਸਰ ਮਿਲ ਬਾਇਆ ਨੇ ਜਿਵੇਂ ਕਿ ਮੋਚੀ ਦਾ ਕੀ ਆ ਜੋ ਤੁਹਾਡਾ ਚੰਮੜੇ ਦਾ ਕੰਮ ਕਰਨ ਵਾਲਾ ਡਾਕਟਰ ਆ ਜੂਗਾ ਤੁਹਾਡਾ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਅਤੇ ਅਧਿਆਪਕਾ ਪੜਾਉਣ ਵਾਲਾ ਅਤੇ ਤੁਹਾਡਾ ਮੋਚੀ ਦਾ ਮੋਚੀ ਦਾ ਤੁਹਾਡਾ ਕਰਾ ਦਿੱਤਾ ਜੁਲਾਹੇ ਦਾ ਆ ਜੂਗਾ ਤੁਹਾਡਾ ਕੱਪੜੇ ਬੁਣਨ ਵਾਲਾ ਅੱਗੇ ਤੁਸੀਂ ਇਹ ਸਾਰੇ ਪਰਸਨ ਨੰਬਰ 25 ਦਿੱਤੇ ਗਏ ਸਬਦਾਂ ਵਿੱਚੋਂ ਦੋ ਸਬਦਾਂ ਦੇ ਦੋ ਵਾ ਦੋ ਸਬਦਾਂ ਦੇ ਦੋ ਵਾਕ ਬਣਾਓ ਜਿਵੇਂ ਕਿ 베리 ਬੇਰੀ ਦਾ ਜੂ ਤੁਹਾਡਾ ਜਿੰਮੇ ਕੀ ਸਾਡੇ ਕਰ ਬੇਰੀ ਹੈ ਇਹ ਅਤੇ ਇੱਕ ਹੋਰ ਬਾਗ ਬਣਾਉਣਾ ਹੋਵੇਗਾ ਤੁਸੀਂ ਜਿੰਮੇ ਕੀ ਬੇਰੀ ਦੇ ਬੇਰ ਬਹੁਤ ਕੋੜੇ ਹਨ ਹਾਂਜੀ ਪਤਿੱਲਾ ਪਤਿੱਲੇ ਵਿੱਚ ਪਾਣੀ ਪਿਆ ਹੈ ਅਤੇ ਇੱਕ ਹੋਰ ਬਾਗ ਬਣਾਉਣਾ ਹੋਵੇਗਾ ਪਤਿੱਲਾ ਪਤਿੱਲੇ ਨੂੰ ਪਤਿੱਲੇ ਵਿੱਚ ਪਾਣੀ ਨਹੀਂ ਹੈ ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਹਾਂਜੀ ਅਤੇ ਸੇਵਕ ਉਹ ਬਾਬਾ ਜੀ ਦਾ ਖਾਸ ਸੇਵਕ ਹੈ ਇਸ ਤਰ੍ਹਾਂ ਇਹ ਹੋਣ ਵਾਲਾ ਹੈ ਅਤੇ ਅੱਗੇ ਇੱਕ ਹੋਰ ਬਾਗ ਬਣਾਉਣਾ ਹੈ ਤੁਸੀਂ ਤਾਂ ਨੂੰ ਇਸੇਪੇ ਦੋ ਬਾਅ ਕਰਨੇ ਹਨ ਇਸ ਵਿੱਚ ਅਸੀਂ ਦੋ ਦੋ ਵਾਰ ਬਾਅ ਕਰਾ ਦਿੱਤੇ ਗਏ ਹਨ ਇਸ ਲਈ ਤੁਹਾਨੂੰ ਇੱਕ ਬਾਅ ਕਰਨਾ ਹੋਵੇਗਾ ਹਾਂਜੀ ਜਿਵੇਂ ਕਿ 베ਰੀ ਦਾ 베ਰੀ ਸਾਡੇ ਘਰ 베ਰੀ ਹੈ ਤੇ ਪਤੀਲਾ ਪਤੀਲੇ ਵਿੱਚ ਗਰਮ ਪਾਣੀ ਹੈ ਇਸ ਤਰ੍ਹਾਂ ਇਹ ਕੋ ਬਾਅ ਪਾਣ ਜਾਣਗੇ ਤੁਹਾਡੇ ਅਤੇ ਪ੍ਰਸ਼ਨ ਨੰਬਰ 26 ਦਿੱਤੀਆਂ ਗਈਆਂ 17 ਵਿੱਚ ਬਿਸਰਾਮ ਚੀਨ ਲਗਾਓ ਇਸੇ ਵਿੱਚ ਬਿਸਰਾਮ ਚੀਨ ਲਗਾ ਲੈਣਾ ਹਾਂਜੀ ਮਿੱਤਰੋ ਆਪਣੇ ਅਧਿਆਪਕ ਤੋਂ ਵੀ ਪੁੱਛ ਸਕਦੇ ਹੋ ਇਹ ਸਵਾਲ ਤੁਸੀਂ ਅਤੇ ਇਹ ਤਾਂ ਦਿੱਤੇ ਖਾਲੀ ਥਾਂ ਵਿੱਚ ਟੁਕਮੀ ਕਿਰਿਆ ਕਰੋ ਬਣਾਉਣ ਇਹ ਦਿੱਤੇ ਗਿਆ ਜਿਵੇਂ ਕਿ ਮੈਂ ਹੁਣ ਰੁੱਖ ਨਹੀਂ ਵੱਡ ਸਕਦਾ ਕੰਬਾਇਨ ਨੂੰ ਬੈਰੋਕ ਡੈਸ਼ ਲਈ ਰੁਕਣ ਦਾ ਇਰਾਦਾ ਬਣਾਇਆ ਕੁਹਾੜਾ ਤੇਜ ਨਾਲ ਇਹਦਾ ਆਨਸਰ ਆ ਜੂਗਾ ਤੁਹਾਡਾ ਦੇਖ ਲੈਣਾ ਆਪਣੀ ਪਾਠ ਪੁਸਤਕ ਵਿੱਚ ਯਾ ਅੱਗੇ ਆਇਓ ਤੁਹਾਡਾ ਮਾਮੇ ਦੇ ਵਿਆਹ ਤੇ ਜਾਣ ਲਈ ਛੁੱਟੀ ਲੈਣ ਲਈ ਆਪਣੇ ਸਕੂਲ ਮੁਖੀ ਨੂੰ ਅਰਜੀ ਲਿਖੋ ਅਤੇ ਅਖੀੜੀ ਠਾ ਮੇਲਾ ਲੇਖ 75 ਤੋਂ 100 ਸ਼ਬਦਾਂ ਵਿੱਚ ਲਿਖੋ ਸੁੰਦਰ ਲਿਖਾ ਦੇ ਤੁਹਾਨੂੰ 10 ਮਾਰਕ ਮਿਲ ਰਹੇ ਹਨ ਜੋ ਕਿ ਬਹੁਤ ਹੀ ਜ਼ਿਆਦਾ ਹਨ ਹਾਂਜੀ ਮਿੱਤਰੋ ਇਸ ਤਰ੍ਹਾਂ ਇਹ ਪੇਪਰ ਹੋਣ ਵਾਲਾ ਹੈ ਜੇਕਰ ਤੁਸੀਂ ਇਹ ਅਰਜੀ ਅਤੇ ਇਹ ਲੇਖ ਕਰਾਉਣਾ ਹੋਵੇ ਤਾਂ ਤੁਹਾਨੂੰ ਵੱਧ ਤੋਂ ਵੱਧ ਕਮੈਂਟ ਕਰੋ ਇਸ ਵੀਡੀਓ ਤੇ 100 ਲਾਈਕ ਪੂਰੇ ਕਰਵਾ ਦਿਓ ਸਾਡੇ ਹਾਂਜੀ ਮਿੱਤਰੋ ਇਸ ਤਰ੍ਹਾਂ ਤੁਹਾਡਾ ਇੱਕ ਕੁਐਸਚਨ ਵੀ ਕਰਾ ਦਾਂਗੇ ਜਿਹੜੇ ਕੀ ਰਹਿ ਗਏ ਹਨ ਹਾਂਜੀ ਮਿੱਤਰੋ ਇਸ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੇ ਚੈਨਲ ਤੇ ਸਭ ਤੋਂ ਪਹਿਲਾਂ ਚੈਨਲ ਤੇ ਪੇਪਰ ਲੈ ਕੇ ਆਂਦੇ ਰਹਿਣੇ ਆ ਤਾਂ ਸਬਸਕ੍ਰਾਈਬ ਨਾ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਅਤੇ ਘੰਟੀ ਬਿਲ ਆਨ ਰੱਖਿਓ ਤਾਂ ਕਿ ਸਭ ਤੋਂ ਪਹਿਲਾ ਪੇਪਰ ਪਾਈਏ ਤੁਹਾਡੇ ਤੱਕ ਸਭ ਤੋਂ ਪਹਿਲਾ ਪਹੁੰਚ ਸਕੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ